हो दिल दी नी माड़ी तेरी सिद्धि मूसे आली बे इंडस्ट्री दी बंदी नी हो बल्ले बे मेरी गल सुना बस कर जा बल्ले बल्ले करन वालिया कट हो जूगा ज्यादे आ फड़ जा चाह पी के सफाई करा दे जड़ी रहिंदी आ बीबी जी तुसी रामू दे हुंदे क्यों टेंशन लैंदी हैगी मैं जदों बैठा हैगी बीबी जी मैं ता मेरी सुषमा नू भी कहा हैगी भी मेरी सरदारनी जी बहुत चंगी हैगी बे बे यारी गल सुन गिच्ची कटाएगा मैं तेरी सरदारनी कदों तो होगी नी क्यों पड़ोइया मना रखे क्यों चमला रखेगा कर लैण दे कम कोई इहनू नी बेबे मैं तेनू किन्नी बार आख्या चौरे नू भी ओनी गल बोलिया कर जिन्नी चंगी लगे फेर हटदा नी एक मिनट सरदारनी जी बीबी जी जो असी दो बंदे सियाने गल करते हैगी तुसी विच क्यों बोलदे हैगी ना तू एमएलए लगेगा हैं रुड़ जाना ही बोली जांदा मैं सीआईडी अफसर हैगी बीबी जी फिर भी नाल मेरी गल सुन पीके चाह ना झाड़ू चकला झाड़ू मार दे चंबड़ा जा दे ओए दफा होना फूकी जाऊगा बीबी जी इच मिठा तो जमी नहीं हैगी मिठा तो फूकी ही नहीं हैगी चाह कुट लिया दे मेनू नाले मेरी गल सुन एनक फड़ा दे मैं जनो अखां च दर्द जा हो जांदा मेरे तां बेबे चाह तां मैं तैनू लिया देनी आ दाना खंड हैगी मेनू देसी खंड लगती हैगी हां देसी खंड हैगी छेती खुर जानी हैगी टाइम लाउनी हैगी फिर भी बीजी ने कहना हैगी पता नहीं की करी जांदा हैगी आ पा लैंदा हैगी ओ दिल दी नी माड़ी सिद्धी मूसे वाली बे मेरी गल सुन अब दो टंबे ताहा चढ़ ला चजना साफ कर दे उथों करदा ता हैगी सरदारनी जी तुसी भी टोकी जांदे हैगी ला टोकी जांदे हैगी ता लगदा ਸਮਾਰ ਕੇ ਹੱਥ ਚਲਾ ਰਹਿਣਾ ਨਹੀਂ ਚਾਹੀਦਾ ਰੇਤਾ ਜੀ ਬੀਬੀ ਜੀ ਪੌੜੀ ਸਮਾਰ ਕੇ ਫੜ ਲੈਣੀ ਹੈਗੀ ਵੇ ਫੜੀ ਹੋਈ ਆ ਚੱਲ ਤੂੰ ਮੈਂ ਕਿਤੇ ਵਿਆਹ ਤੋਂ ਪਹਿਲੀ ਪਾਹੀ ਜੋ ਹੋ ਜਾਣਾ ਹੈਗੀ ਮੈਨੂੰ ਡੇਰ ਦੇਣਾ ਹੈਗੀ ਵਿਆਹ ਤਾਂ ਜਿਵੇਂ ਕਿਤੇ ਤੇਰਾ ਹੀ ਡੋਲਾ ਲੈ ਕੇ ਆਉਣਾ ਬੀਬੀ ਜੀ ਹਾਂ ਹੋ ਕੀ ਹੋ ਗਿਆ ਬੀਬੀ ਜੀ ਛੱਡ ਦੋ ਬੀਬੀ ਜੀ ਮੈਨੂੰ ਵੇ ਮੈਂ ਤੈਨੂੰ ਫੜਿਆ ਕਦੋਂ ਆਪਣਾ ਯੇ ਆਪਣਾ ਬੀਬੀ ਜੀ ਓਹੋ ਲੈ ਵੇ ਕੀ ਹੋ ਗਿਆ ਤੈਨੂੰ आजा बीबी जी कपड़ा दो ले फड़ ਤੈਨੂੰ ਕੀ ਹੋ ਗਿਆ ਸੀ ਕੁਛ ਨਹੀਂ ਹੋਇਆ ਬੀਬੀ ਜੀ ਆਹ ਚੱਲ ਦਮਾ ਦਾ ਮੈਂ ਮੇਰੀ ਗੱਲ ਸੁਣ ਆ ਜਿੰਨੀ ਜਵਾਨ ਤੋੜ ਤੋੜ ਕਰਕੇ ਚਲਾਉਣਾ ਜੇ ਹੱਥ ਚਲਾ ਲੈ ਕੰਮ ਛੇਤੀ ਨਾ ਨਿਬੜ ਜੇ ਤਿੱਖੜ ਦੁਪਹਿਰਾ ਚੜਦਾ ਆਉਦਾ ਤੇ ਕਾਤੋਂ ਫਸੀ ਜਾਣਾ ਇਹਦੇ ਚ ਕਾਤੋਂ ਫਸੀ ਜਾਣਾ ਕੁਛ ਨਹੀਂ ਬੀਬੀ ਜੀ ਤੁਸੀਂ ਕਿਉਂ ਬੋਲੀ ਜਾਂਦੇ ਹੈਗੀ ਮੈਂ ਬੋਲਣਾ ਨਾ ਤਾਂ ਹੋਰ ਕੀ ਕਰਾਂ ਇੱਕ ਤਾਂ ਉਹ ਆਪਨ ਕੰਮਾ ਇੱਕ ਤੈਨੂੰ ਉਹ ਜਿਹਾ ਲੈ ਆਇਆ ਵੀ ਕੋਈ ਚੱਜਦਾ ਲਿਆਂਦਾ ਹੁੰਦਾ ਹੁਣ ਨੂੰ ਸਾਰੇ ਘਰ ਦੀ ਸਫਾਈ ਹੋ ਜਾਂਦੀ ਬੀਬੀ ਜੀ ਛੱਡ ਦੋ ਮੈਨੂੰ ਮੈਂ ਤੈਨੂੰ ਫੜਿਆ ਕਦੋਂ ਆ ਮੈਂ ਛੱਡ ਦੋ ਬੀਬੀ ਜੀ ਫੜਿਓ ਵੇ ਹੋਇਆ ਕੀ ਇਹ ਦੱਸ ਦੇ ਆ ਫੜ ਲੈਂਦੀ ਹੈਗੀ ਵੇ ਕੀ ਹੋ ਗਿਆ ਵੇ ਤੇਰਾ ਬੇੜਾ ਪੈ ਜੇ ਤੇਰਾ ਰੁੜ ਜਾਣੇ ਬਾਹ ਤੋੜ ਦਿੱਤੀ ਕੀ ਕਿ ਮੈਂ ਭੱਜਿਆ ਫਿਰਦਾਗਾ ਮੈਨੂੰ ਤਾਂ ਲੱਗਦਾ ਵਿਆਹ ਦਾ ਨਾ ਚੌਪ ਅੰਮੀ ਦਾ ਸਾਰਿਆਂ ਨਾਲੋਂ ਜ਼ਿਆਦਾ ਇਸੇ ਨੂੰ ਹੋ ਰਿਹਾ ਉੱਡਿਆ ਫਿਰਦਾ ਕੋੜਾ ਬੱਬੂ ਕੋੜਾ ਕੀ ਹੋ ਰਿਹਾ ਇਹਨੂੰ ਕਿਵੇਂ ਫਿਰਦਾ ਭੱਜਿਆ ਨਹੀਂ ਬੇਬੇ ਕੀ ਦੱਸਾਂ ਮੈਂ ਇਹ ਤਾਂ ਮਰ ਜਾਣੇ ਨੂੰ ਟੱਟੀਆਂ ਲੱਗੀਆਂ ਕਰਾ ਲਓ ਸਫਾਈ ਬਸ ਹੋ ਗਈ ਸਫਾਈ ਤਾਂ ਲਾਤਾ ਲਲਰ ਇਹਨੇ ਲੱਗੀਆਂ ਨਾ ਟੱਟੀਆਂ ਨੂੰ ਇਹੋ ਜਿਹਾ ਕੀ ਖਾ ਲਿਆ ਇਹਨੇ
ਨੀ ਮੈਨੂੰ ਤਾਂ ਬੇਬੇ ਐਂ ਲੱਗਦਾ ਕਿ ਮਗਰਲੇ ਘਰ ਵਾਲਿਆਂ ਦੇ ਅੱਜ ਸੀਗਾ ਭੋਗ, ਜਾਏ ਖਾਂਦਾ ਉੱਥੇ ਚੌਲ ਜ਼ਿਆਦਾ ਡੱਫਿਆ ਆ। ਹਾਂ ਇਹ ਕਿਹੜਾ ਘੱਟ ਖਾਂਦਾ, ਬੇਸਬਰਾ ਹੋ ਕੇ ਖਾਂਦਾ। ਸੱਚੀ ਓਹੋ ਖਾਂਦੇ ਤੋਂ ਜ਼ਿਆਦਾ ਗਈ, ਮੈਂ ਤਾਂ ਦੇਖਿਆ ਨਹੀਂ ਇਹ ਜਾਂਦਾ, ਮੈਂ ਉੱਥੇ ਆਈ ਸੀਗੀ। ਨਹੀਂ ਇਹਦਾ ਕਿਹੜਾ ਪਤਾ ਲੱਗਦਾ ਕਿਹੜੇ ਵੇਲੇ ਫੋਨ ਜਾਂ ਕਾਨੂੰਨ ਨੂੰ ਲਾਉਂਦਾ ਨਿਕਲ ਪੈਂਦਾ। ਬੀਬੀ ਜੀ ਕੱਪੜਾ ਫੜਾਣਾ ਹੈਗੀ, ਵੇ ਲੈ ਫੜ ਪਣੋਈਏ ਕਰਦੇ ਸਫਾਈ ਕਰਦੇ ਵੇ ਕਿਉਂ ਜਾਨ ਲੈਣੀ ਕਰੀ। ਬੀਬੀ ਜੀ ਵੇ ਹੱਥ ਤੋਂ ਧੋਇਆ ਕਿ ਨਾ, ਕੁੜੇ ਇਹੀ ਹੱਥ ਲਾਈ ਜਾਂਦਾ ਹੁਣ। ਇਹ ਤਾਂ ਕੀ ਕਹਾਂ ਮੈਂ ਇਹਨੂੰ, ਨਾ ਸਾਬਣ ਨਾਲ ਵੇ ਕਹਾਂ ਹੋ ਜਾ, ਛੱਡ ਦੇਣਾ ਹੈਗੀ ਮੈਨੂੰ। ਵੇ ਤੈਨੂੰ ਫੜਿਆ ਕੀ ਨਹੀਂ ਆਏਗਾ, ਹੋ ਜਾਣਾ ਬੀਬੀ। ਕਿੱਥੇ ਜਾਏਗਾ ਬੀਬੀ ਜੀ, ਕਿੱਥੇ ਜਾਣਾ, ਕੰਮ ਕਰ ਬੀਬੀ ਜੀ। ਬਸ ਇੱਕ ਵਾਰ ਜਾਣ ਦੇਣਾ ਹੈਗੀ, ਨਾ ਕਿੱਥੇ ਜਾਏਗਾ, ਸਫਾਈ ਕਰ ਚਲ ਬੰਦਿਆਂ ਨੂੰ। ਬੀਬੀ ਜੀ ਪੇਟ ਮੇ ਖਰਾਬੀ ਆ ਗਈ ਹੈਗੀ। ਖਰਾਬੀ ਆ ਗਈ? ਹਾਂ ਬੀਬੀ। ਫਿਰ ਇਹ ਜਾ ਖਰਾਬੀ ਕਾਦੇ ਨਾਲ ਆ ਗਈ ਤੇਰੀ? ਬੀਬੀ ਇੱਕ ਵਾਰ ਜਾਣ ਦੇਣਾ, ਆ ਕੇ ਦੱਸਦਾ ਹੈ ਜੀ। ਮੈਂ ਜਾਵਾ ਤੰਗ ਆ ਗਈ ਬੀਬੀ ਜੀ, ਪੈਰ ਰੁੜ ਜਾਣੇ ਜੀ, ਮੇਰੇ ਤਾਂ ਕੂਣੀ ਮਾਰ ਕੇ ਨਹੀਂ ਰੁੜ ਜਾਣਾ। ਨਹੀਂ ਬੇਬੇ, ਮੈਂ ਤਾਂ ਐ ਲੱਗਦਾ ਵੀ ਇਹ ਮਿੱਠਾ ਪਾਉਣ ਗਿਆ ਸੀ ਚਾਹ ਚ, ਮਰ ਜਾਣਾ ਮਿੱਠਾ ਸੋਡਾ ਪਾਇਆ ਆ ਅੰਦਰ ਰੱਖ ਰੱਖਿਆ ਦੀ ਤੇ ਹੁਣ ਮੈਂ ਤਾਂ ਉੱਥੇ ਰੱਖਿਆ ਹੋਇਆ ਟਾਣ ਤੇ। ਬਸ ਫਿਰ ਹੋਰ ਫਿਰ ਤਾਂ ਹੋ ਗਈਆਂ ਸਪਾਈਆਂ, ਬਸ ਠੀਕ ਆ, ਸਰ ਗਿਆ ਫਿਰ ਤੇ ਇਹਦਾ ਦਰਦਾ ਭੈਣੇ। ਦੱਸ ਰੁੜ ਜਾਣਾ, ਚਲ ਐਂ ਕਰ ਮੇਰੀ ਗੱਲ ਸੁਣ, ਸਪਾਈ ਸਪੂਈ ਭੈਣੇ ਕਿਹੜੀ ਕਰੂ। ਖੜ ਜਾ ਆ ਗਿਆ ਦੇ ਆ ਗਿਆ ਹੈ ਬਈ ਵੇ ਮੇਰੇ ਗੱਲ ਸੁਣ, ਬਸ ਵੇ ਪਹਿਲਾਂ ਆ ਤੇ ਠੀਕ ਐ। ਹਾਂ ਬੀਬੀ ਜੀ ਠੀਕ ਐ ਕਿ ਬਸ ਥੋੜੀ ਜੀ ਪੇਟ ਮੇ ਤੂੰ ਮੈਨੂੰ ਐਂ ਦੱਸ ਵੀ ਤੂੰ ਕਿਹੜੇ ਡੱਬੇ ਚੋਂ ਪਾਇਆ ਸੀ। ਓ ਬੀਬੀ ਜੀ ਓ ਜਿਹੜੀ ਖੰਡ ਵਧੀਆ ਨਹੀਂ ਹੈਗੀ ਉਹ ਕਿਹੜੀ ਖੰਡ, ਦੇਸੀ ਖੰਡ ਪਾਈ ਹੈਗੀ ਬੀਬੀ ਜੀ। ਤੂੰ ਫਿੱਟੇ ਮੂੰਹ ਤੇਰੇ ਚੱਕ ਲਾ, ਮਿੱਠਾ ਸੋਡਾ ਪੀ ਗਿਆ ਚਾਹ ਚ ਪਾ ਕੇ। ਓ ਤੇਰੀ ਬੇੜੀ ਪੈ ਜੇ ਤੇਰੀ, ਪਤਾ ਹੈਗੀ ਸੀ ਬੋਲਣ ਦਾ ਡੰਡਾ ਲੱਗ ਰਿਹਾ ਤੇ ਬੋਲਣ ਦਾ ਡੰਡਾ ਲੱਗ ਰਿਹਾ ਹੈ, ਪੁੱਛ ਨਹੀਂ ਸਕਦਾ ਹੁੰਦਾ ਡੱਬਿਆਂ 'ਚ ਹੱਥ ਮਰੀਆਂ ਨੇ, ਹੁਣ ਨਾ ਇਹ ਤਾਂ ਹੱਥ ਲਵਾਇਆ ਕਰ ਕਿਸੇ ਡੱਬੇ ਤੇ, ਪਤਾ ਨਹੀਂ ਤੇਰੀ ਗੱਲ ਸੁਣ ਨਹੀਂ ਨਾ ਇੰਨਾ ਭੌਂਕਦਾ ਮਰ ਜਾਣੇ ਆ, ਤੂੰ ਮੈਨੂੰ ਤਾਂ ਪੁੱਛ ਲਾ ਮੈਨੂੰ ਕਹਿ ਦੇ। ਬੀਬੀ ਜੀ ਮੈਨੂੰ ਕੀ ਪਤਾ ਹੈਗੀ ਸੀ, ਮੈਂ ਸੋਚਿਆ ਵੀ ਇਹ ਛੇਤੀ ਖੁਰ ਜਾਂਦੀ ਹੈਗੀ ਇਹ ਪਾ ਲੈਣੀ। ਆ ਖੁਰ ਗਈ ਫਿਰ ਸਾਰੀ ਅੰਦਰ, ਜਿਹੜਾ ਖਾਇਆ ਪੀਆ ਤੀ ਉਹ ਵੀ ਖੁਰ ਗਿਆ ਤੇਰੇ ਤਾਂ। ਇੱਕ ਮਿੰਟ ਬੀਬੀ ਜੀ, ਆਉਂਦਾ ਨਿਕਲ ਜਾ ਮਰ ਜਾ ਪਰਾਂ, ਚੱਲ ਭੜੇ ਉੱਤ ਤਾਂ ਇਹੀ ਸਾੜ ਭਰਾਊਗਾ ਭਾਈ। ਆ ਕਿੱਥੋਂ ਸਿਆਪਾ ਲੱਗੇ, ਆਏ ਕਰਦੀਆਂ ਮਈ ਮਾਰਦੀਆਂ ਪੂਰਾ। ਮੈਨੂੰ ਤਾਂ ਸਿਰ ਦੁਖਣ ਲੱਗ ਰਿਹਾ ਸੀ, ਉਹ ਤਾਂ ਭੋਗ ਤੋਂ ਆਈ ਸੀ, ਟੁੱਟ ਜਾਣ ਨੇ ਤਾਂ ਦੁਖਣੇ ਨੇ ਲਾਤਾ ਦੋ। ਕਾ ਪਤਾ ਮਰ ਜਣੇ, ਇਦੋਂ ਤਾਂ ਆਪ ਹੀ ਕਰਨਾ ਸਫਾਈ, ਮੈਂ ਆਟੋਮੈਟਿਕ ਵੇਲੀ ਹੋ ਜਾਂਦੀ। ਲੈ ਜਾਣਾ ਬਈਏ ਨੇ ਤਾਂ ਗਰਕੀ ਚੋਂ ਕੀ ਮੁੜਨਾ, ਆ ਰਹਿੰਦਾ ਖੂੰਦਾ ਭੋਲਿਆ ਜਾ ਕੇ ਖੇਤ ਬਹਿ ਜਾਂਦਾ, ਪਤਾ ਨਹੀਂ ਉੱਥੇ ਇਹਨੇ ਕਿਹੜਾ ਕੋਠਾ ਪਾਇਆ ਹੋਇਆ ਵੀ ਸਾਰਾ ਦਿਨ ਉੱਥੇ ਪਤਾ ਨਹੀਂ ਕੀ ਲੱਲਰ ਲਾਉਂਦਾ ਗਾ ਵੀ ਤੂੰ ਟਾਈਮ ਨਾਲ ਘਰੇ ਮੁੜਿਆ ਹੈ, ਦਰਜੀ ਦੇ ਜਾ ਆਈਏ ਉੱਥੇ ਕੋਈ ਲੀੜਾ ਲੱਤਾ ਸਿਉਣਾ ਦੇ ਆਈਏ, ਰਹਿੰਦਾ ਖੂੰਦਾ ਘਰ ਦਾ ਕੰਮ ਮੇਰੇ ਗਲ ਪਿਆ ਵਾ। ਪਤਾ ਤਾਂ ਹੈਗਾ ਵੀ ਤੈਨੂੰ ਸਾਰਾ ਹੈ ਵੀ ਝੱਟ ਮੰਗਣੀ ਪੱਟ ਵਿਆਹ ਕਰਦੇ ਪਏ ਪਚੋਲੇ ਹੈ, ਕੋਈ ਮਾੜੀ ਮੋਟੀ ਗੱਲਬਾਤ ਥੋੜ੍ਹੀ ਹੈ ਵੀ ਜੇ ਮੁੜਿਆ ਵੇ ਤਾਂ ਚੱਲ ਆਪਦਾ ਕੰਮ ਧੰਦਾ ਨਿਬੜਦਾ ਹੋ ਜੇ। ਬੀਬੀ ਜੀ ਲੈ ਮੈਂ ਕਰ ਦਿੰਦਾ ਹੈਗੀ ਸਫਾਈ ਕੱਪੜਾ, ਫੇਰ ਤੂੰ ਹੱਥ ਬਣਾ ਲੈ ਵਗ ਜਾ। ਬੀਬੀ ਜੀ ਮੈਂ ਕਰ ਦੇਣੀ ਹੈਗੀ। ਵੇ ਤੂੰ ਲਿਬੜਿਆ ਫਿਰਦਾ ਮਰ ਜਾਣਿਆ, ਜਾ ਵਗ ਜਾ, ਤੂੰ ਆਪਦੇ ਆਪ ਨੂੰ ਸਾਂਭ ਲਾ ਵਗ ਜਾ। ਕਹੇਗੀ ਬੀਬੀ ਜੀ ਲੱਗਦਾ ਬੀਬੀ ਜੀ ਦਾ ਮਰਨਾ ਬੋਲਣ ਲੱਗਿਆ ਹੱਕ ਚੋਂ ਐਡੀ ਜੀਭ ਕੱਢ ਲੈਂਦਾ, ਤਰ 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 ਕਰਕੇ ਭੌਂਕੀ ਜਾਂਦਾ ਰਹਿੰਦਾ, ਤੇ ਜੇ ਕੰਮ ਨੂੰ ਕਹਿ ਦੇ ਤੇ ਫੇਰ ਦੇਖ ਲਾ ਕਿ ਮੈਂ ਕਰਦਾ ਫਿਰਦਾ ਮਰ ਜਾਣਾ। ਹਾਏ ਹੋਲ ਤੇ ਗੇਟ ਘਾਟਾ ਹੋ ਗਿਆ। ਤੂੰ ਮੇਰੀ ਰੋਕ ਕੇ ਗੱਲ ਸੁਣ ਇੱਕ ਮਿੰਟ, ਮੈਂ ਤਾਂ ਗੇਟ ਖੋਲਤਾ, ਤੈਨੂੰ ਕੋਈ ਫਿਕਰ ਫੁਕਰ ਹੈਗਾ ਕਿ ਨਹੀਂ ਕਰਦਾ? ਲੈ ਓਏ ਮੈਨੂੰ ਨਹੀਂ ਹੈਗਾ ਹੈ ਫਿਕਰ, ਅਈ ਤਾਂ ਕੁੱਤਕਲੇ ਇਸ ਕਰਕੇ ਮੈਂ ਘਰੋਂ ਤੋਰਿਆ ਤੀ, ਬਈਆ ਨਹੀਂ ਤੋਰਿਆ ਨਾਲ ਹੈ, ਉਹੀ ਫੇਰ ਉਹੀ ਕੁੱਤਕਲੇ ਇਸ ਮੇਰੀ ਗੱਲ ਸੁਣ ਲੈ, ਐਡਾ ਕਿਹੜਾ ਮੈਂ ਪਿਸਤੇ ਖਾਨਾ ਦੇਖ ਲੈ, ਤਿੰਨ ਪੰਡਾਂ ਨੇ ਕੱਲੇ ਨੇ ਡੇਗੀਆਂ ਨੇ ਚੱਕ ਕੇ। ਏ ਪਿਸਤੇ ਨਾਲੋਂ ਵੱਧਾ ਤੂੰ ਚੀੜਾ ਹੈ ਚੀੜਾ, ਤੇ ਜਿੰਨਾ ਤੂੰ ਧਰਤੀ ਚਾ ਨਾ ਉਦੋਂ ਉੱਤੇ ਤਾਹਾਂਗਾ। ਭਈਏ ਨੇ ਦੇਖ ਲੈ ਜਿਹੜਾ ਲੱਲਰ ਲਾਇਆ, ਲੱਲਰ ਲਾਇਆ ਜੇ ਉਹ ਮੈਨੂੰ ਮੇਰੇ ਨਾਲ ਤੋਰਦਾ ਨਹੀਂ ਉਹਨੂੰ, ਫੇਰ ਕੀ ਤੂੰ ਕੱਸ ਦਿੱਤੀ ਮੈਂ ਮੈਨੂੰ ਖਿਚੀਚੀਆਂ ਜੀਆਂ ਨਾ ਲੈ ਕੇ ਪੈ। ਮੈਂ ਦੱਸ ਤੇਰੇ ਤੋਂ ਕੀ ਕਰਾਉਣਾ ਬੇ, ਮੈਂ ਤਾਂ ਕਹਿੰਦੀ ਆ ਵੀ ਟਾਈਮ ਨਾਲ ਮੁੜੇ ਆਉਂਦਾ, ਮੈਂ ਦਰਜੀ ਕੋਲੇ ਜਾਣਾ ਸੂਟ ਸਿਉਣਾ ਦੇਣਾ, ਵਿਆਹ 'ਚ ਦੋ ਦਿਨ ਰਹਿ ਕੇ ਦੱਸ ਮੈਂ ਕਿਹੜਾ ਸੂਟ ਪਾਉਂਗੀ। ਆਏ ਓਏ ਕਿਸੇ ਦਾ ਲੈਣਾ ਉਹ ਕਿਸੇ ਦਾ ਦੇਣਾ, ਮਕਲਾਵੇ ਨੇ ਲੈ ਲਿਆ, ਮੈਂ ਤਾਂ ਮਕਲਾਵੇ ਨੇ ਓਏ ਘਰੋਂ ਕੱਢਣ ਵਾਲੇ ਕਰਕੇ ਆ, ਬਹੂ ਵਾਲਾ ਬਹੂ ਲਿਆਊਗਾ ਉਰੇ, ਕੀ ਕਹਾਂ ਹੁਣ ਤੈਨੂੰ ਮੈਂ ਕੀ ਕਹਾਂ। ਰੇੜੀ ਨੂੰ ਕਰਦਾ ਬਾਤਾ ਬੱਗੇ, ਚਾਹ ਨਹੀਂ ਪਾਣੀ ਨਹੀਂ, ਚਾਹ ਨਹੀਂ ਪਾਣੀ ਨਹੀਂ, ਰੋਟੀ ਨਹੀਂ ਟੁੱਕਲੀ, ਆਂਦੇ ਨੂੰ ਫੇਰ ਚਿੰਬੜ ਗਈ, ਆਂਦੇ ਨੂੰ ਫੇਰ ਚਿੰਬੜ ਗਈ। ਬਚੋਲੇ ਆ, ਬਚੋਲੇ ਦਾ ਕੰਮ ਕੋਈ ਥੋੜਾ ਹੁੰਦਾ? ਥੋੜਾ ਹੁੰਦਾ ਵੱਡੀ ਬਚੋਲਣ।
की हाल ने बई? ਵਧੀਆ ਜੀ, ਹੋ ਠੀਕ ਹੋ? ਪਤੰਦਰ ਆ ਤਾਂ ਦੁਕਾਨ ਇਹ ਬਹੁਤ ਦੂਰ ਕਰਕੇ ਪਿੰਡ ਦੇ ਵਿਚਾਲੇ ਜੇ ਕਰ ਲੈ, ਐਡੀ ਦੂਰੋਂ ਆਇਆ ਸੀ ਤਾਂ। ਦੁਕਾਨ ਤਾਂ ਆਪਣੀ ਉੱਥੇ ਹੀ ਹੈ, ਪਹਿਲਾਂ ਵੀ ਉੱਥੇ ਜਾਂਦੇ ਨੇ। ਇੱਕ ਸੱਚੂ ਮੇਰੇ ਲਵੇ ਤਾਂ ਤੇਰਾ ਨੰਬਰ ਤੇ ਉਹ ਲਿਕੜ ਗਿਆ ਬਾਈ ਬਣ ਕੇ ਆ, ਪਹਿਲਾਂ ਤਾਂ ਮੋਬਾਈਲ ਚ ਆਪਦਾ ਨੰਬਰ ਫਿੱਟ ਕਰਦੇ ਯਾਰ। ਨੰਬਰ ਹੈਗਾ ਆਪਣਾ, ਪਹਿਲਾਂ ਵਾਲਾ ਹੀ ਹੈ ਨੰਬਰ। ਅੱਛਾ ਚੱਲ ਫਿਰ ਮੈਨੂੰ ਦੇਈ ਯਾਰ, ਤੂੰ ਪਹਿਲਾਂ ਕੱਪੜੇ ਦੇਖ। ਆ ਮੇਰੀ ਗੱਲ ਸੁਣ, ਨੰਬਰ ਬਾਈ ਦਾ ਫੇਰ ਲੈ ਜੀ, ਤਾਂ ਕੀ ਆਪਣੇ ਘਰ ਦਾ ਬਾਈ ਹੈ। ਲੈ ਬਾਈ ਐਂ ਕਰ, ਆਹ ਸੂਟ ਮੜਾ ਜਾਂ ਦੇਖ ਪਹਿਲਾਂ ਤਾਂ, ਕੱਪੜਾ ਦੇਖ ਕਿਵੇਂ ਆ। 1800 ਦਾ ਹੈ ਬਈ, 1800 ਦਾ ਦੇਖ ਲੈ। ਕੱਪੜਾ ਤਾਂ ਠੀਕ ਹੈ ਬਿਲਕੁਲ ਨਾ ਬਈ, 1800 ਦਾ ਹੈਗਾ ਇਹ। ਹਾਂ ਹੈਗਾ 1800 ਦਾ ਬਾਈ, ਐਂ ਕਰ ਨਾਲੇ ਨਾ ਕਾਣ ਕੂਣ ਜਾਂ ਦੇਖ ਲਈ, ਕਿਤੇ ਐਂ ਨਾ ਹੋਵੇ ਉਵੇਂ ਸਿਉਂਦੇ ਸਾਰਾ ਸੂਟ ਐਂ ਨੂੰ ਵਗ ਜੇ। ਨਾ ਨਾ ਕਾਣ ਕੂਣ ਦਾ ਕੋਈ ਨਹੀਂ, ਇਹ ਚੁੰਨੀ ਦਾ ਪਾ ਲਓ ਫਿਰ, ਇਹਦਾ ਤਾਂ ਕੀ ਕਰਨਾ। ਠੀਕ ਆ ਬਾਈ, ਲੈ ਯਾਰ ਬਾਈ ਬਣ ਕੇ ਸਾਨੂੰ ਥੋੜੀ ਜੀ ਕਾਲੀ ਆ, ਇਹਦਾ ਨਾਪ ਲੈ ਲੈ ਛੇਤੀ। ਨਾਪ ਤਾਂ ਵਿਆਹ ਵਾਲਾ ਹੈਗਾ ਆਪਣਾ। ਵੇ ਬਾਈ ਉਹ ਨਾਪ ਨੂੰ ਕੀ ਕਰੇਗਾ, ਸੁੱਖ ਨਾ ਦਿੱਤਾ ਮੈਂ ਆਏ ਪਈ ਸੀ ਗੋਲ ਮਟੋਲ, ਹੈ ਮੇਰੀ ਮਾਂ ਨੇ ਇੰਨਾ ਕੁਛ ਖਵਾਉਣਾ, ਕਿਧਰੇ ਕਿਹਾ ਕਿਧਰੇ ਕੁਛ, ਉਹ ਜਿੱਦੇ ਦੀ ਵਿਆਹ ਕੇ ਆਈਆਂ ਤਾਂ ਜਾਇਗਾ ਦੀ ਚੱਖਣਾ ਪੱਟੀ ਗਈ ਮੈਂ ਤਾਂ। ਵੇ ਬਾਈ ਹੁਣ ਤਾਂ ਮੈਂ ਲਿੱਸੀ ਹੋ ਗਈ, ਹੋਰ ਪਹਿਲਾਂ ਸੁੱਖ ਨਾ ਬਥੇਰੀ ਮੋਟੀ ਦੀ। ਲਿੱਸੇ ਹੋ ਗਏ, ਬਿਮਾਰ ਹੋ ਗਈ ਸੀ। ਆਹੋ ਬਿਮਾਰ ਹੋ ਗਈ ਦੀ ਹੋ ਗਿਆ ਤੀ, ਇਹਨੂੰ ਕਾਲਾ ਪੀਲੀਆ। ਮੈਂ ਚੁੱਪ ਕਰ, ਲੱਗਦਾ ਕਾਲੇ ਪੀਲੀਏ ਦਾ, ਤੇ ਕਾਲਾ ਪੀਲੀਆ ਹੋਵੇ ਤੈਨੂੰ, ਬਿਮਾਰ ਹੋਵੇ ਤੂੰ। ਵੇ ਬਾਈ ਤੈਨੂੰ ਮੈਂ ਦੱਸਦੀ ਆ, ਫਿਰ ਹੁਣ ਹੋ ਕੀ ਰਿਹਾ ਤੈਨੂੰ, ਝੋਟੇ ਵਰਗੀ ਪਈਆਂ। ਵੇ ਚੁੱਪ ਕਰ ਜਾ। ਹਾਂ ਫਿਰ ਜਦੋਂ ਮੈਨੂੰ ਕਿਤੇ ਬਾਜ਼ਾਰ ਲੈ ਕੇ ਜਾਂਦਾ, ਮੇਰੀ ਬੇਇੱਜ਼ਤੀ ਕਰਦਾ, ਉਦੋਂ ਮੇਰੀ ਬੇਇੱਜ਼ਤੀ ਕਰਦਾ, ਘਰੇ ਮੇਰੇ ਕੁੱਤੇ ਖੜੀ ਘੱਟ ਹੁੰਦੀ ਆ। ਬਾਈ ਮੇਰੀ ਗੱਲ ਸੁਣ, ਸੁੱਖ ਨਾਲ ਇੰਨੀ ਸੋਹਣੀ ਸੀਗੀ, ਗੋਲ ਮਟੋਲ ਸੀਗੀ, ਜਦੋਂ ਦੀ ਇਹਨਾਂ ਦੇ ਘਰੇ ਵਿਆਹ ਕੇ ਆ ਗਈ, ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ, ਕਦੇ ਪੱਠੋਂ ਲੈ ਕੇ ਆਏ, ਕਦੇ ਪੱਠੋਂ ਲੈ ਕੇ ਆਏ ਨੂੰ ਚੱਖੜਾ ਪੱਟ ਕੇ ਰੱਖਦੀ। ਹੁਣ ਕੀ ਫਿਰ ਤੇਰੇ ਕੀੜੇ ਪੈ ਰਹੇ ਨੇ, ਝੋਟੇ ਵਰਗੀ ਦਾ ਪਈਆਂ। ਆ ਦੀ ਦਾ ਤੈਨੂੰ, ਆ ਦੀ ਦਾ ਤੈਨੂੰ ਜਿਹੜੀ ਝੋਟੇ ਵਰਗੀ ਪਈਆਂ, ਮੇਰੀ ਮਾਂ ਨੇ ਪੁੱਛ ਕੇ ਦੇਖ, ਐਡੀ ਬਾਲ ਸੀ ਕਿ ਐਡੀ ਕਬੜਾ ਕੇ ਰੱਖ। ਏ ਬਸ ਕਰ ਪਣੋ, ਬਸ ਕਰ, ਕਿਉਂ ਜਲੂਸ ਕੱਢਦੀ ਹੁੰਦੀ ਆ ਹਰੇਕ ਥਾਂ ਮੈਂ ਉਰੇ, ਤੂੰ ਮੋਟੇ ਹੋਣ ਦੀ ਦਵਾਈ ਨਹੀਂ ਲੈਣ ਆਈ, ਕੱਪੜੇ ਸਿਮਣੇ ਦੇਣ ਆਈਆਂ। ਖੜਜਾ ਕਰ, ਇੱਥੇ ਰੱਖ ਚੀਜ਼ ਨਹੀਂ ਆ, ਬਟ ਨਹੀਂ ਮੈਨੂੰ ਨਾਲ ਲੈ ਕੇ ਆਇਆ ਕਰ, ਲੈ ਕੇ ਆਇਆ ਕਰ। ਹਾਂ ਤੂੰ ਲਿਆਈਆਂ ਮੈਨੂੰ, ਨਾਲ ਚੱਲ ਨਾਲ ਚੱਲ। ਬੇ ਬੱਦਿਆਂ ਨਾਲ ਜਨਾਨੀ ਜਾਂਦੀ ਸੋਹਣੀ ਲੱਗਦੀ ਹੈ। ਏ ਬਸ ਕਰ ਪਣੋ, ਬਸ ਕਰ, ਤੂੰ ਹੀ ਕਹਿ ਦੇ ਭਾਈ ਇਹਨੂੰ ਕੁਛ, ਚਾਚਾ ਤਾਇਆ ਕੀ ਕਹਿੰਦੇ ਹੁੰਦੇ ਨੇ, ਮਾਸੀ ਤਾਈ। ਸਲਵਾਰ ਨਹਿਰੋਂ ਬਣਾਉਣੀ ਹੈ? ਹਾਂ ਬਾਈ ਤੂੰ ਆਏ ਖੜੀ, ਸੋਹਣੀ ਜਿਹੀ ਬਣਾ ਦੀ ਚੰਗਾ। ਇਹ ਨਹਿਰੋਂ ਕੀ ਹੁੰਦਾ ਹੈ? ਤੈਨੂੰ ਨਹੀਂ ਪਤਾ ਕਿਉਂ ਵਾਲ ਚ ਬੋਈਆ ਤੜਾਉਣਾ ਹੈ, ਉਹ ਪੀੜੀ ਮੂਰੀ ਵਾਲਾ, ਪੀੜੀ ਮੂਰੀ ਵਾਲਾ। ਇਹ ਮੇਰੀ ਗੱਲ ਸੁਣ ਬਾਈ, ਉਈ ਨਾ ਕੋਈ ਘੱਗਰੀ ਜੀ ਬਣਾ ਦੀ, ਕਿਤੇ ਉਈ ਜਲੂਸ ਕੱਢਦੇ, ਕਿਹੋ ਜਿਹੇ ਘਰ ਦਰਦੇ ਜਵਾਕ ਪਾਉਂਦੇ ਨੇ, ਸੋਹਣੇ ਲੱਗਣ ਪਿੰਡ ਚ, ਉਹ ਜੇ ਕੱਪੜੇ ਸੋਈ ਬਾਈ। ਤੇ ਅੱਗੇ ਦੇਖ ਲੈ, ਅੱਗੇ ਕਿੰਨਾ ਸੋਹਣਾ ਸੂਟ ਪਾਇਆ, ਆਈ ਉਹ ਬਣਾਊਗਾ। ਹਾਂ ਬਸ ਆਹੀ ਕਹਿਣਾ ਬਈ ਯਾਰ, ਸਿੰਪਲ ਜੇ ਕੱਪੜੇ ਸਿਉਂ, ਉਈ ਨਾ ਉਹ ਕਰਦੀ ਯਾਰ, ਘੱਗਰੀਆਂ ਘੁੱਗਰੀਆਂ ਜਿਹੜੀਆਂ ਪਾਈ ਫਿਰਦੀਆਂ ਨੇ, ਉਹ ਵਧੀਆ ਨਹੀਂ ਲੱਗਦਾ ਯਾਰ ਪਿੰਡਾਂ 'ਚ ਇਹੋ ਜਿਹਾ ਕੰਮ। ਤੇ ਕੌਣ ਪਾਉਂਦਾ ਘੱਗਰਾ, ਬੇ ਉਹ ਹੀ ਬਣਾਊਗਾ ਸਲਵਾਰ ਸੂਟ। ਲੈ ਬਾਈ ਛੇਤੀ ਦੇਣੇ ਦਾ ਨਾਪ ਲੈ ਲੈ ਯਾਰ। ਬਾਈ ਮੇਰੀ ਗੱਲ ਸੁਣ, ਨਾਪ ਲੈਣ ਦੀ ਕੋਈ ਲੋੜ ਨਹੀਂ, ਮੈਂ ਐਂ ਕਰੂੰਗੀ ਘਰੇ ਨਾਪ ਕਾਪੀ ਤੇ ਲਿਖ ਕੇ, ਤੇ ਆਹ ਤੇਰੇ ਕੋਲ ਕੀ ਕਹਿੰਦਾ ਹੁੰਦਾ ਜਾਏ ਖਾਣ ਦਾ ਫੋਨ ਤੇ ਚੱਲਦਾ ਹੁਣ ਵਟਸਐਪ। ਹਾਂ ਵਟਸਐਪ ਚੱਲਦਾ। ਹਾਂ ਉਹ ਮੈਂ ਗਵਾਂਢੀਆਂ ਦੇ ਮੁੰਡੇ ਨੂੰ ਕਹਿ ਕੇ ਤੈਨੂੰ ਨਾ ਉਹ ਕਰਵਾ ਦੂੰਗੀ SMS। ਕੱਟਦੀ ਪੰਜੀਰੀ ਵਾਲੀ ਪੀਪੀ ਦਾ ਚੱਕ ਲਿਆਂਦੀ ਤੈਨੂੰ ਕੀ ਲੋੜ ਪੈ ਗਈ ਉਹਨੂੰ ਦੱਸਣ ਦੀ, ਮੈਂ ਲੀਸੀ ਹੋ ਗਈ, ਚੱਜ ਦਾ ਖਾਣ ਨੂੰ ਨੀ ਮਿਲਦਾ, ਪਹਿਨੂੰ ਨੀ ਮਿਲਦਾ, ਹੋਰ ਦੱਸ ਤੈਨੂੰ ਮਿਲਦਾ ਕੀ। ਤੁਸੀਂ ਇਧਰਾ ਉਧਰਾ ਕਹੇ ਵੀ ਮੇਰੇ ਘਰ ਦੀਆਂ ਗੱਲਾਂ ਤੇ ਪੜਦਾ ਪਾਇਆ ਕਰ, ਪੜਦਾ ਪਾਇਆ ਕਰ, ਬਸ ਐਂ ਕਹਿੰਦਾ ਪੜਦਾ ਪਾਇਆ ਕਰ। ਮੇਰਗਾ ਸੁਣ, ਗੱਲਾਂ ਤਾਂ ਤੂੰ ਐਡੀਆਂ ਐਡੀਆਂ ਕਰਦਾ, ਬੇ ਜਿੱਦਾਂ ਵੀ ਵਿਆਹੀ ਆਈਆਂ ਦੇ ਹਲਾ, ਤੂੰ ਮੈਨੂੰ 2 ਸੂਟ ਲੈ ਕੇ ਦਿੱਤਾ ਨੇ, ਠੀਕ ਹੈ, ਤਾਂ ਦੋਨੇ ਸੂਟ ਧਰਮ ਨਾ ਪਤਾ ਨਹੀਂ ਕਿੱਥੋਂ ਲਿਆਇਆ ਤੂੰ, ਕਿੱਥੋਂ ਨਹੀਂ, 2 ਤੋਂ ਪਾਏ, ਅੱਡਾ ਅੱਡਾ ਬੋਰ ਆ ਗਿਆ, ਅੱਡਾ ਅੱਡਾ ਬੂਰ ਆ ਗਿਆ, ਕਿਉਂ ਮੈਂ ਵਿੱਚ ਬੜਿਆ ਤੀ।
गुल्ली डंडे दियां तीन दवाइयां करते हैं गुल्ली डंडे दियां तिन्ना नाल नहीं मरिया मैं किदी मानू मासी कहां हरेक चीज तो डुप्लीकेट आ रही है इच मेरा की नुकसान है वही तेरी आदत नुकसान आ गया कसूर है मेरी गल सुन गल सूटा दी वाकया गुल्ली डंडे ते तैनू पता भी होर कोई जवाब है ही नहींगा हुण इहनू घुमा फिरा के ओथे लियो चल आ जा तुरिया तुरिया ओए बई लग जू जलूस कढ़न तू मेरा घट जलूस कढ़दा दसी मैनू ए तां माए नरम है जिहड़ी बोलदी नहीं हजे हाँ मैम जी दसो केड़ा डिजाइन लो ओहो मेरी गल सुन कुड़े कुड़गे पंडालियां नू केड़ा डिजाइन है तू चुप करके आईनू रख इत्थे चुप करके तू मोटा मोटा डिजाइन ला पड़ गए हूँ डिजाइन जड़ा मर्जी ला दे सुटना तो देख गोहा कूड़ा ही है आ मेरे घर वाला ना बाहर बैठा गा है यह जिन्ना निका जाए खान दा उन्ना तिखा है अच्छा। देख ला मसा लेके आया मैनू अच्छा। मसा मैं तो कड के लेके आई हूँ मैं तो और इन्नी सोहनी तीगी जद तेरे वर्गी कुड़ी ने मैनू तैयार किया धर्म नाल है देख ला सारा पिंड कहिंदा तीगा भोले की बहू है बई देख ला कि सोहनी है अज देख ला की हाल बनया पिया गोहा सट सट के इन्ना कजूस है इन्ना कजूस है मसा एक रो पिट के सूट मसा लिया बचोलन बनी है वे हाँ तेरा ब्याह होया हाँ जी अच्छा ठीक है ते फिर जवाक चला टांगर की है सियाने ने सच्चे कह जनानिए घर बसांदी हुंदी है जनानिए बर्बाद करदी हुंदी है मिंदा तेरे वाली तां बर्बाद करन लग रही है कहिंदे ਜਿਵੇਂ ਕਿਹਾ ਕਰਦੇ ਨੇ ਜਨਾਨੀ ਬਾਜ਼ਾਰ 'ਚੋਂ ਮੈਸ ਛੱਪੜ 'ਚੋਂ ਕੱਢਣੀਆਂ ਬਹੁਤ ਔਖੀਆਂ ਨੇ ਉਹੀ ਗੱਲ ਹੋ ਰਹੀ ਹੈ ਜਮੀ ਉਹੀ ਗੱਲ ਬਣ ਗਈ ਭੋਲੇ ਤੇਰੇ ਨਾਲ ਲੈ ਚੱਲ ਆਹ ਤਾਂ ਵਧੀਆ ਕੀਤਾ ਤੂੰ ਹੋਰ ਮੈਂ ਆਖ ਬਾਲੇ ਹੱਥ ਜੇ ਭਰਾ ਕੇ ਕੀ ਲੈਣਾ ਸਿਆਣੇ ਵਿਆਣੇ ਬੰਦੇ ਦੇ ਤਾਂ ਇੰਨੀ ਕੀ ਵਧੀਆ ਲੱਗਦੀ ਆ ਲੈ ਚੱਲ ਹੁਣ ਮੈਨੂੰ ਐਂ ਦੱਸ ਪੈਸੇ ਉਹ ਕਾਊਂਟਰ 'ਤੇ ਕਟਾਵਾਂ ਚੰਗਾ ਇਹ ਲੈ ਜਾਵਾਂ ਮੈਂ ਲੈ ਭੈਣ ਜੀ ਹੁਣ ਤੂੰ ਮੈਨੂੰ ਐਂ ਦੱਸ ਵੀ ਕਿੰਨੇ ਪੈਸੇ ਦੇਵਾਂ 500 ਰੁਪਇਆ ਬਣਿਆ ਠੀਕ ਆ ਉਹ ਮੇਰੇ ਘਰ ਵਾਲਾ ਨਾ ਬਾਹਰ ਬੈਠਾ ਗਾ ਉਹਨੇ ਬੁਲਾਉਣੀ ਆ ਮੈਂ ਠੀਕ ਮੈਂ ਸੁਣਦਾ ਨਹੀਂ ਉਰੇ ਆ ਇਹ ਹਾਂ ਆਈ ਮੜ ਜਾਂਦਰ ਆਈ ਇਹ ਮੈਂ ਨਹੀਂ ਗੁੱਸ ਕਰਾਂਦਾ ਮੈਂ ਤਾਂ ਸੋਨਾ ਸੁਨੱਖਾ ਪਹਿਲੀ ਬਥੇਰਾ ਵੇ ਚੁੱਪ ਕਰ ਜਾ ਕਿਉਂ ਜਲੂਸ ਕੱਢਣਾ ਲਿਆ ਤੇਰੇ ਵਾਲ ਤਾਂ ਦਾੜੀ ਤੇ ਹਜੇ ਤੱਕ ਨਹੀਂ ਆਏ ਕਰਾਏਗਾ ਇੱਥੇ ਤੂੰ ਸਭਾ ਫਿਰ ਕੀ ਕਹਿਣੀ ਹੈ ਵੇ ਪੈਸੇ ਦੇਣੇ ਨੇ ਅੰਦਰ ਪੈਸੇ ਹਾਂ ਉਹ ਮੈਡਮ ਜੀ ਬੈਠੇ ਨੇ 500 ਰੁਪਇਆ ਦੇ ਦਿਓ ਉਹਨੂੰ 500 ਹਾਂ ਜੇਬ ਚ 500 ਹੈ ਮੋਟਰਸਾਈਕਲ ਜਰਬ ਚ ਲੱਗ ਰਿਹਾ ਧੱਕਾ ਤੈਨੂੰ ਲਾਣਾ ਪਊ ਮੈਂ ਜੇ ਮਾਰੀ ਨਾ ਤੇਰੇ ਨਾਸਾਂ ਤੇ ਮੁੱਕੀ ਜਰਬ ਚ ਤੈਨੂੰ ਮਾਈ ਲਾ ਦੂੰ ਜਲੂਸ ਨਾ ਕੱਟ ਪੈਸੇ ਕੱਟ ਦੇ ਪੈਸੇ ਛੱਡੀ ਨਾ ਪੰਜੀ ਛੱਡੀ ਨਾ ਚੁੱਪ ਕਰ ਜਾ ਚੁੱਪ ਕਰ ਜਾ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਹਾਂ ਚੱਲ 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 ਇਹ ਤਾਂ ਪਤਾ ਕੀ ਹੈ ਜੀ ਇਹਦਾ ਸਵਾ ਹੀ ਇਹ ਜਾ ਇੱਕ ਪੰਜੀ ਲਾ ਕੇ ਰਾਜੀ ਨਹੀਂ ਇਹ ਤਾਂ ਇਹ ਸ਼ੁਕਰ ਕਰੇ ਵੀ ਇਹਨੂੰ ਮੇਰਾ ਰਿਸ਼ਤਾ ਹੋ ਗਿਆ ਸੁੱਖ ਨਾ ਮੈਂ ਏਡੇ ਵੱਡੇ ਘਰੋਂ ਹੈ ਆਹ ਦੇਖ ਲੈ ਕਿਵੇਂ ਟੱਪਦਾ ਗਾ ਆਹੋ ਇਹੋ ਜਿਹੇ ਹਾਲ ਹੀ ਨੇ ਚੰਗਾ ਸਤਿ ਸ਼੍ਰੀ ਅਕਾਲ ਜੀ ਚੱਲ ਤੁਰ ਮੇਰੀ ਗੱਲ ਸੁਣ ਤੈਨੂੰ ਉੱਥੇ ਇੰਨੀਆਂ ਸਿਆਣੀਆਂ ਬਿਆਣੀਆਂ ਕੁੜੀਆਂ ਨੇ ਤੈਨੂੰ ਟੱਪਣ ਨੂੰ ਕੀ ਨਹੀਂ ਆਖਿਆ ਸੀ ਉੱਥੇ ਟੱਪਣ ਨੂੰ ਇਹ ਡੇਢ ਘੰਟਾ ਹੋ ਗਿਆ ਡੇਢ ਕੀ 2 ਘੰਟੇ ਹੋ ਗਏ ਮੈਨੂੰ ਕੁੱਤੇ ਝਾਂਗ ਚ ਹੁਣ ਵੀ ਬਾਹਰ ਨਿਕਲੀ ਓਏ ਹੁਣ ਵੀ ਬਾਹਰ ਨਿਕਲੀ ਬੇ ਵਿਆਹ ਕਰਾਉਣਾ ਸੌਖਾ ਨਹੀਂ ਪਿਆ ਜੇ ਵਿਆਹ ਕਰਾਉਣਾ ਨਾ ਤਾਂ ਤੀਵੀ ਦੀ ਸੇਵਾ ਤੇ ਉਹਦੀ ਪੈਰਵਾਈ ਕਰਨੀ ਪਊਗੀ ਇਹ ਮੈਨੂੰ ਤਾਂ ਐ ਲੱਗਣ ਲੱਗਦਾ ਵੀ ਆਪਾਂ ਨੇ ਕਿਸੇ ਦਾ ਰਿਸ਼ਤਾ ਨਹੀਂ ਕਰਾਇਆ ਮੈਂ ਤੈਨੂੰ ਵਿਆਹ ਕੇ ਤੋਰਨ ਲੱਗਣਾ ਹਾਏ ਬੇ ਐ ਨਾ ਕਹਿ ਕਲੈਣਿਆ ਜੇ ਤੇਰਾ ਮੂੰਹ ਨਹੀਂ ਚੱਜਦਾ ਗੱਲ ਤਾਂ ਚੱਜਦੀ ਕਰ ਲੈ ਮੈਂ ਪਤਾ ਤੈਨੂੰ ਕਿੰਨਾ ਪਿਆਰ ਕਰਦੀ ਆ ਪਿਆਰ ਕਰਦੀ ਆ ਪੰਜੀ ਨਹੀਂ ਛੱਡੀ ਨੱਗ ਕਰਕੇ ਧਰਤਾ ਚੱਲ ਪਹਿਲਾਂ ਤੇਰੇ ਕੋਲ ਕੀ ਸੀਗਾ ਚੱਲ ਇਹ ਤਾਂ ਮੇਰੇ ਜਿਉਂਦੇ ਬਾਦ ਰਹਿਣ ਮੇਰੇ ਪੇਕੇ ਜਿਹਨੇ ਤੇਰਾ ਘਰ ਭਰਤਾ ਹਾਂ ਚੱਲ ਨਾਲ ਮੇਰੀ ਗੱਲ ਸੁਣ ਲਾ ਹੌਲੀ ਚਲਾ ਕੇ ਲੈ ਕੇ ਜਾਈ ਮੇਰੇ ਤੋਂ ਹੱਥ ਨਹੀਂ ਪੈਣਾ ਦੇਖ ਲਾ ਚੱਲ ਇਹ ਤੈਨੂੰ ਕੁਛ ਨਹੀਂ ਹੁੰਦਾ ਇਹ ਕੁਛ ਨਹੀਂ ਹੁੰਦਾ ਮਾੜੇ ਬੰਦੇ ਨੂੰ ਮੌਤ ਆਈ ਹੈ ਓਏ ਹੋਏ ਬੇ ਹਾਏ ਬੇ ਥੇ ਮੋੜਿਆ ਮਾਰਦੀ ਆ ਉਹ ਕਿਵੇਂ ਮਾਰਦੀ ਆ ਬੇ ਸਾਰੀ ਦਿਹਾੜੀ ਨਾ ਬੇ ਨਾ ਤੈਨੂੰ ਪਾਉਣ ਦੀ ਨਾ ਤੈਨੂੰ ਖਾਣ ਦੀ ਬੇ ਨਾ ਚੰਗੇ ਦੀ ਨਾ ਮੱਦੇ ਦੀ ਸਾਰੀ ਦਿਹਾੜੀ ਆਪਦੀ ਕਿਸਮਤ ਨੂੰ ਰੋਈ ਜਾਂਦਾ ਰਹਿਣਾ ਬੰਦਾ ਕਰੂਗਾ ਕੀ ਇਹ ਕੀ ਕਰੂਗਾ ਬੰਦਾ ਜਦੋਂ ਖੁਸ਼ੀ ਹੁੰਦੀ ਆ ਉਦੋਂ ਸਲਵਾਰਾਂ ਲਾਏਗੇ
ਉਹਦੇ ਨਾਲ ਨੰਗ ਕਰਦਾ ਨਹੀਂ ਉਹ ਜਦੋਂ ਮਰਗਤ ਹੁੰਦੀ ਉਦੋਂ ਮੇਰੇ ਸਾਲੇ ਦੇ ਚੌਲ ਬੂੰਦੀ ਨਹੀਂ ਪੂਰੇ ਹੁੰਦੇ ਬੰਦਾ ਕਰੇ ਤਾਂ ਕੀ ਕਰੇ ਇਹ ਚੌਲ ਬੂੰਦੀ ਆਪੇ ਬਣਾਉਂਦਾ ਜਿਹਦਾ ਮਰਦਾ ਤੈਨੂੰ ਦੱਸ ਕੀ ਠੇਕਾ ਲਿਆ ਤੇ ਹੁਣ ਮਸਾ ਕੋਈ ਖੁਸ਼ੀ ਦਾ ਪ੍ਰੋਗਰਾਮ ਆਉਣ ਲੱਗਿਆ ਵਿੱਚ ਹੋਰ ਹੀ ਪੰਜ ਤੜਾਈ ਜਾਊਗਾ ਤੇਰੇ ਤਾਂ ਪਹਿਰੇ ਖੁਸ਼ੀ ਰਹਿਣੀ ਹੈ ਹਾਂ ਵੇ ਦੇਖ ਕੇ ਚੱਲੀ ਮੈਂ ਤੈਨੂੰ ਦੱਸਦਾ ਕਿਸੇ ਦਾ ਲੈਣਾ ਕਿਸੇ ਦਾ ਦੇਣਾ ਨੱਗ ਕਰਕੇ ਧਰਤਾ ਚੱਲ ਚੱਲ ਧਿਆਨ ਨਾ ਚੱਲੀ ਖੜ ਜਾ ਹੁਣ ਕਿਹੜਾ ਇਹ ਮਨੋ ਦੇ ਜਣੀਆਂ ਰਾਹ ਦਿੰਦੀਆਂ ਨੇ ਹਾਏ ਹਾਏ ਮੇਰੇ ਬਾਬੇ ਆਏ ਆ ਗਿਆ ਹੱਥ ਵਿੱਚ ਕਿੰਨੇ ਦਿਨ ਹੋ ਗਏ ਕੰਮ ਛੱਡੇ ਨੂੰ ਕੀ ਕਰ ਅੱਜ ਬੰਦਣੀਆਂ ਪੈਰੀਆਂ ਦੀ ਇੱਕੋ ਭੁੱਲ ਆ ਇੱਧਰ ਕਿਹੜਾ ਟਾਈਮ ਦਾ ਨਿਕਲਿਆ ਗਾ ਬਹੂ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਘਰੇ ਉਹੀ ਨਹੀਂ ਲੋਟ ਆਉਂਦੀ ਉਹ ਤੋਂ ਤਾਂ ਉਹਦਾ ਬਾਪ ਕਿਹੜਾ ਖੜਦਾ ਹੈਗਾ ਉਰੇ ਖੜੀ ਕਾਹਨੂੰ ਗੱਲਾਂ ਮਾਰੀ ਜਾਂਦੀਆਂ ਪੱਟੀ ਬੰਨ ਲਾ ਆਏ ਹਾਏ ਕਿਹੜਾ ਮਰਦਾ ਕੋਈ ਆਏ ਆਏ ਸਿੱਧੀ ਖੇਡ ਨੂੰ ਆਉਂਦੇ ਆ ਭੱਜੀ ਪੱਟੀ ਤਾਂ ਦੇਖ ਲਾ ਮਰ ਲਾ ਆਏ ਵੀ ਰੱਬਾ ਕੋਈ ਨਹੀਂ ਘਰੇ ਖੜਦਾ ਹੈ ਗਿਆ ਸਿਆਪਾ ਹੋ ਰਿਹਾ ਮੇਰੀ ਜਾਨ ਨੂੰ ਸਾਰਾ ਆ ਜਾ ਆ ਜਾ ਇਹ ਚਾਹ ਬਣਾ ਕੁੱਟ ਚਾਹ ਚਾਹ ਕਾਫੀ ਨਾ ਬਣਾ ਦਾ ਮਰ ਜਾਣਾ ਕਹਿੰਦਾ ਚਾਹ ਬਣਾ ਨਾ ਮੇਰਾ ਵੀ ਦੁੱਖ ਪੁੱਛ ਰਿਹਾ ਕਰ ਵੀ ਤੇਰੇ ਕੀ ਗੜ ਗਿਆ ਹੱਥ ਤੇ ਇਹ ਕੀ ਹੋ ਗਿਆ ਤੇਰੇ ਬਾਪ ਦਾ ਕਾਲਜਾ ਹੋ ਗਿਆ ਇਹ ਜਾ ਕੀ ਕਰਦੀ ਤੂੰ ਕਿਆ ਕਰਨ ਮੈਨੂੰ ਸ਼ੌਂਕ ਆ ਗਿਆ ਵੀ ਹੱਥ ਮੈਂ ਆਵੇ ਦਿੰਦੀ ਫਿਰਦੀ ਆ ਕਾਸੇ ਚ ਤੇ ਪੌਨੇ ਵੱਢਤਾ ਵੇ ਸੰਗਲ ਨੇ ਭਈਆ ਕਿੱਧਰ ਮਰ ਗਿਆ ਭਈਆ ਨੀ ਕੱਖ ਪਾਉਂਦਾ ਉਹ ਨੀ ਪਾਈ ਨੀ ਉਹਨੇ ਭਈਆ ਨਾਲ ਟੱਟੀਆਂ ਲੱਗ ਰਹੀਆਂ ਨੇ ਉਹ ਤਾਂ ਉਦਾਂ ਖੂੰਜੇ ਚ ਜਿਵੇਂ ਨਾ ਪੁਰਾਣੇ ਉਹਦਾ ਸਿਲਕਾ ਹੁੰਦਾ ਗਾ ਕੇਲੇ ਦਾ ਐ ਪਿਆ ਗਾ ਭੁਸਿਆ ਓਲਾ ਓਲਾ ਕਿਹੜੇ ਟਾਈਮ ਦਾ ਉਹਨੂੰ ਮੈਂ ਕੀ ਕਹਾਂ ਮੇਰਾ ਤਾਂ ਐਵੇਂ ਵੀ ਨਹੀਂ ਕਹਿਣ ਜੀ ਕਰਦਾ ਵੀ ਉਹ ਵੀ ਮਰ ਰਿਹਾ ਗਾ ਉਹਨੇ ਪਲੇਗ ਦੇ ਜਾਣੇ ਨੇ ਉਦੋਂ ਮੈਂ ਖਾ ਲਈ ਵੀ ਉਹ ਬਹੂ ਨੂੰ ਲੈ ਕੇ ਗਿਆ ਉਹ ਤਾਂ ਬਹਾਕਲਾ ਨਹੀਂ ਸਮਝਦਾ ਹੈਗਾ ਐ ਕਿਹੜੇ ਟਾਈਮ ਦਾ ਨਿਕਲਿਆ ਹਜੇ ਤੱਕ ਨਹੀਂ ਆਇਆ ਤੁਸੀਂ ਨੇ ਮੇਰਾ ਨਾ ਗਲਾ ਵਟਿਆ ਰੱਖਿਆ ਮੈਂ ਤਾਂ ਭੋਗਲੇ ਦੇ ਬਾਗੇ ਦੀ ਉੱਥੇ ਫਿਰ ਪੈਸੇ ਗਿਣਨ ਲੱਗੇ ਤਾਂ ਕਰਕੇ ਲੇਟ ਹੋ ਗਿਆ ਹਾਂ ਹਾਂ ਤੂੰ ਤਾਂ ਪੈਸੇ ਗਿਣਨੀ ਨੇ ਹੋਰ ਕਿਹੜਾ ਤੈਨੂੰ ਕੋਈ ਕੰਮ ਆ ਸਾਰਾ ਦਿਨ ਪੈਸਾ ਸੁਰਤੀ ਮੈਂ ਨਾਲ ਤਾਂ ਨਹੀਂ ਪਾ ਲਏ ਦੋ ਚਾਰ ਇਹ ਸਿਆਣੇ ਬੰਦੇ ਕਰਕੇ ਬਿਠਾ ਲੈਂਦੇ ਨੇ ਮੈਨੂੰ ਉੱਥੇ ਔਰ ਸਿਆਣਾ ਤੂੰ ਲੈ ਚਾਹ ਦੀ ਘੁੱਟ ਮੈਨੂੰ ਦੇ ਦੇ ਕਰਕੇ ਮੈਨੂੰ ਅੱਗ ਲਾਣੀ ਪੂਚਾ ਮੈਂ ਘਰ ਜਾ ਮਰੂੰਗੀ ਰੁੜ ਜਾਂਦੇ ਬਗ ਜਾ ਖੁਰਦੀ ਨਹੀਂ ਹੈਗਾ ਹਾਏ ਰੁੜ ਜਾਣਾ ਮੈਂ ਤਾਂ ਇਹ ਕਹਿੰਦੀ ਹਾਂ ਪੋ ਮੰਗਦਾ ਮਹੀਨਾ ਆਉਣਾ ਦੀ ਚੱਕ ਕੇ ਖੇਲ 'ਚ ਡੋਬ ਦਿੰਦੀ ਮੇਰੇ ਪਿਓ ਦੇ ਕੁਛ ਲੱਗਦੇ ਨੂੰ ਆਏ ਆਏ ਨਹੀਂ ਪੁੱਛਿਆ ਆ ਗਿਆ ਵੱਧ ਨਿਕਲੀ ਵਾਲੇ ਨੇ ਵੀ ਲੈ ਪੱਟੀ ਕਰਾ ਲਿਆਉਣਾਗਾ ਜਮਾਂ ਨਹੀਂ ਮੇਰੀ ਤਾਂ ਸਾਰ ਲੈਂਦਾ ਹੈਗਾ ਕਿਤੋਂ ਫੂਕੀਆਂ ਨਾ ਮਰੇ ਪਰਾਂ ਨਹੀਂ ਮੈਂ ਮਰ ਜਾਂ ਇਹਨਾਂ ਨਾਲੋਂ ਪੈਂਡਾ ਸੁੱਟ ਜੇ ਲੈ ਕਰ ਉਰੇ ਕਿਉਂ ਬੋਲੀ ਜਾਂਦੇ ਕੜੀ ਜਾ ਕੇ ਕੋਈ ਗੋਲੀ ਗੋਲੀ ਲੈ ਲਾ ਦਰਦ ਦੀ ਆਏ